ਜਿਨੋਂ ਤਬੇਲਿਓ ਨਿੱਕੇ ਤੇ ਬੜਿਓ ਕਿਆ ਹਾਲ ਤੁਸਾਂ ਮੱਭਲਿਓ ਨ ਸਭ ਖੈਰ ਹੈ ਆ ਚਾਚਾ ਖੁਸ਼ੀਆਂ ਫਿਰ ਤੁਸਨ ਸਾਹਮਣੇ ਆਜ ਰਹੀਗੇ ਅੱਜ ਅੱਜ ਮੈਂ ਤੁਸਾਂ ਕੀ ਨਾ ਸੱਚੀ ਕਹਾਣੀ ਸੁਨਾਸਾਂ ਆਪਣੀ ਆਪਣੀ ਜਗ੍ਹਾ ਬਹਿ ਜਾਓ RAM NAL ਮਾੜੀ ਕਹਾਣੀ ਸੁਣੋ ਮਿੱਕੀ ਬਹੁਤ ਈਰ ਹੋ ਗਿਆ ਹੁਲਾਈ ਫਾਇਆ ਹੂੰ ਕੁਈ ਸੇ ਯਾਦ ਨਹੀਂ ਰੇ ਕਿਤਨੇ ਸਾਲ ਹੋਏ ਨੇ ਤੇ ਜਿਸ ਵੇਲੇ ਮੈਂ ਨਵਾਂ ਨਵਾਂ ਆਇਆ ਸੀ ਨਾ ਇੱਥੇ ਆਇਆ ਲੰਡਨ ਵਿੱਚ ਉਸकी ਆਖੜੇ ਲੰਡਨ ਬਲੈਂਟੇਰੀਅਮ ਜਿਸ ਰਮ ਸੀਤੀ ਨੇ ਅੰਦਰ ਬੜਾ ਗੁੰਮਦ ਬਣਿਆ ਹੋਣਾ ਨਾ ਪਰ ਛੱਤਾਂ ਵਿੱਚ ਇਸਰਵਥਾ ਬੜਾ ਸ਼ੇ ਗੁੰਮਦ ਬਣਾਇਆ ਨੇ ਤਾਂ ਉਥੇ ਉਤਨੀ ਫਿਲਮ ਲਾਉਣ ਕਿਆਂ ਹੋ ਕਰਨੇ ਨੇ ਮੇਰਾ ਪਈ ਜਾਣਾ ਤੇ ਚੰਨ ਤਾਰੇ ਚੰਨ ਨੇ ਜਿਸਰ ਆਪਣੇ ਮਲਕਾ ਚ ਨਹੀਂ ਹੋਣਾ ਮੈਂ ਪ੍ਰੋਗਰਾਮ ਬਣਾਇਆ ਜੀ ਥਾਂ ਜ਼ਰੂਰ ਤੱਕਣੀ ਹੈ ਪ੍ਰੋਗਰਾਮ ਬਣਾਇਆ ਜੀ ਤਿਆਰੀ ਕੀਤੀ ਸਾਡੇ ਨਾਲ ਇੱਕ ਬਜ਼ੁਰਗ ਰਿਲੇਸ਼ਨ ਬਾਬਾ ਉਹ ਆਖਲੇ ਮੈਂ ਵੀ ਜੁਲਸਾਂ ਜੀ ਤੱਕਣੀਆਂ ਥਾਂ ਜਗਾ ਤਕਸਾਂ ਮੈਂ ਜినੋ ਜੀ ਲਗੇ ਜੋ ਕਿਆਂ ਸਾਂ ਬਸ ਜਿ ਬੈ ਗਏ ਆ ਟਿਕਟ ਕਿੰਦਾ ਉੱਥਾ ਪਹੁੰਚਿਆ ਉੱਥ ਵੀ ਟਿਕਟ ਫੇਰੇ ਕਿੰਦਾ ਸ਼ੋਅ ਨਾਲ ਅੰਦਰ ਗਿਆ ਜਗ੍ਹਾ ਬੜੀ ਛਾਈ ਜਗ੍ਹਾ ਸੀ ਜੀ ਤੇ ਸਿਸ਼ਟ ਲੱਗੀਆਂ ਸਾਨੂੰ ਜਿਆਦਾ ਗੋਰੇ ਗਾਰੇ ਬੈਠੇ ਸਨ ਤੇ ਬੈਠੇ ਹਾਂ ਤੇ ਸ਼ੋਅ ਜਿਹੜਾ ਸ਼ੁਰੂ ਹੋਇਆ ਜੀ ਉੱਪਰ ਤੱਕਿਆ ਤੇ ਨਿਹਰਾ ਪਿਆ ਜੀ ਜੰਤਾਰੇ ਚੜੀਏ ਸਿਰ ਆਪਣੇ ਮੁਲਕਾ ਚ ਨਹੀਂ ਹੋਈ ਰਾਤ ਪੈਣੀ ਤੇ ਸਾਰੇ ਬੰਦੇ ਰਾਹ ਨੂੰ ਤੱਕ ਨਹੀਂ ਪੇ ਉਹ ਬਾਵਾ ਜਿਹੜਾ ਮੇਰੇ ਨਾਲ ਆਇਆ ਸੀ ਨਾ ਉਹਨਾਂ ਕੀ ਮੁਸਕਣ ਰਹੀ ਜੀ ਉਹ ਅੱਖਾਂ ਬੰਦ ਕਰਕੇ ਹੰਦੀਆਂ ਨੇ ਤੇ ਚੁੱਪ ਕਰੀ ਤੇ ਪਾਸਾ ਨਾ ਲਟਕੀ ਕੇ ਮੈਂ ਬੇਤੁਤ ਕੋਰੇ ਅਧਕਾਰਿਆ ਪਰ ਕੋਈ ਉਹ ਸ਼ੈਨਰੀ ਉਹ ਨਾ ਕਿ ਉਹ ਗੋਰੀ ਅਗੋ ਪਿੱਛੋਂ ਵੀ ਟੱਕਣ ਕਿ ਇਹ ਬੰਦੇ ਕਿਥੋਂ ਆਏਗੇ ਨਹੀਂ ਥੇ ਸ਼ੋਰ ਲਗਾ ਰਿਹਾ ਟਕਰਾ ਰਿਹਾ ਪਰ ਬਾਹਰ ਦੇ ਪਾਸੇ ਵੀ ਧਾਨ ਰਿਹਾ ਤੇ ਸ਼ੋਅ ਵੀ ਟਕੜੇ ਰਿਹਾ ਛੱਤਾਂ ਵਿੱਚ ਤਾਰੇ ਚੰਨ ਸਾਰਾ ਕੁਝ ਉਹਾਰੇ ਅਜੀ ਸ਼ੋ ਚੱਲ ਰਿਹਾ ਪਤਾ ਲੱਗਣਾ ਸੀ ਆਪਣੇ ਮੁਲਕ ਹੈ ਬਾਹਰ ਬੇੜੇ ਵਿੱਚ ਬੈਠੀਆਂ ਸਮਾਨ ਨੇ ਥੱਲੇ ਕੋਈ ਅੱਧਾ ਪੌਣਾ ਘੰਟਾ ਜੀ ਸ਼ੋ ਲਗਾ ਰਿਹਾ ਮੈਂ ਬਤੇਰ ਬਾਵੇ ਕੀ ਟਕੋਟਣਾ ਟਿਕਾਣਾ ਰਿਆਂ ਪਰ ਉਹਨਾਂ ਕੀ ਕੋਈ ਹੋਸ਼ੀ ਨਾ ਰਹੀ ਜਗ੍ਹਾ ਹੀ ਕੋਣ ਤੇ ਸ਼ੋ ਮੁੱਕੜਿਆ ਪਰ ਆਇਆ ਨਾ ਤੇ ਸੇ ਲੋ ਹੋਣਾ ਸ਼ੁਰੂ ਹੋ ਗਈ ਸਰਾਪਰੇ ਮੁਲਕਾ ਹੈ ਜੇ ਦੇ ਚਨਾ ਲੋਗ ਉਹਨੀਆਂ ਇਸਰਾ ਜੀ ਮੈਂ ਸੁਮਸਵੇ ਤੂੰ ਮੇਟਾ ਕਿਆ ਬਾਵੇ ਅੱਖਾਂ ਮਲੋਣਾ ਹੈ ਮਲੋਣਾ ਉਠੀ ਕਲਤੇ ਜੀ ਮੀ ਕਿ ਪੁੱਛਲੇ ਅਸੋ ਕਥਾ ਆਇਆ ਮੈਂ ਤੁਸੇ ਕੋਈ ਕੋਣੀ ਯਾਤਰੀ ਬਾਵਾ ਟਿਕਟ ਕਿਨੀ ਦਸਾ ਸ਼ੋਤਕ ਆ ਬਸੇ ਪਰ ਆਇਸਾ ਪੈਸੇ ਖਰਚੇ ਤੇ ਤੁਸਾਂ ਦਾ ਸੇਲਯਾ ਇਤਿਹਾਸ ਤੇ ਮਾੜਨੇ ਰਿਓ ਸਾਰੇ ਸ਼ੋ ਵਿੱਚ ਬੋਰੀ ਅੱਗੋਂ ਪਿੱਛੋਂ ਧੱਕਨੇ ਸੰਦ ਮੇ ਕਿ ਬੜੀ ਸ਼ਰਮਾਸ਼ਨਾ ਸੀ ਤੌਣ ਕਹਿ ਦੱਸਾਂ ਮੈਂ ਤੁਸਾਂ ਕੀ ਇਹ ਗੱਲ ਹੋਈ ਜੀ ਚੁੱਪ ਕਰੀ ਮੂੰਹ ਲਟਕਾਈ ਤੇ ਵਾਪਸ ਆਈ ਗਿਆ ਤੇ ਬੜੀ ਅਜੇ ਤੱਕ ਮੇ ਕਿ ਲਾਜ਼ਮੀ ਹੋਰ ਸ਼ਰਮਾਸ਼ੀ ਨੇ ਜਦੋਂ ਮੈਂ ਸੋਚਣਾ ਇਸ ਵਾਕੇ ਕੀ ਕਿ ਦੁਨੀਆ 'ਚ ਐਸੇ ਬੰਦੇ ਵੀ ਹੋਣੇ ਨੇ ਚਲੋ ਉਹਨਾਂ ਨੇ ਨਾ ਕਾ ਕਸੂਰ ਸੀ ਉਹਨਾਂ ਨੇ ਵਸਾਇ ਚ ਨਹੀਂ ਰਿਹਾ ਕ ਇਹ ਗੱਲ ਹੋ ਗਈ ਕ ਫਿਰ ਕੁਦਰਾ ਸਣ ਸਾਹਮਣੇ ਆਜੇ ਰੋਸਾ ਫਿਰ ਕੁਦਰਾ ਨਵੀਆਂ ਗੱਲਾਂ ਕਰਸਾ ਪੈ ਤੁਸੀਂ ਕਿchnਾ ਸਮ ਹੋਰ ਗੱਲਾਂ ਤੁਮੀ ਕਿ ਇਜਾਜ਼ਤ ਦਿਓ ਅੱਲਾ ਨੇ ਵਾਲਾ ਹੈ